किस तरह डिस्ट्रिक्ट संगरूर ਦੇ ਵਿੱਚ ਜਿਹੜਾ ਹੈਗਾ ਵਿਜ਼ਿਟ ਕਰ ਰਹੇ ਹੈਗੇ ਉਹ ਥਾਣੇ ਦੇ ਵਿੱਚ ਚੈਕਿੰਗ ਕਰ ਰਹੇ ਹੈਗੇ ਉਹ ਕਿਸ ਤਰ੍ਹਾਂ ਦਾ ਪ੍ਰੋਸੈਸ ਹੈਗਾ ਸਰ ਕੀ ਮੁਹਿੰਮ ਚੱਲੀ ਹੈ ਅਜੀ ਅਸੀਂ ਉਹਦਾ ਜਨਰਲ ਡਿਊਟੀ ਚੈੱਕ ਕਰਨ ਵਾਸਤੇ ਥਾਣੇ ਦੀ ਵਰਕਿੰਗ ਚੈੱਕ ਕਰਨ ਵਾਸਤੇ ਪਬਲਿਕ ਦੇ ਨਾਲ ਰਾਫਤਾ ਕਰਨ ਵਾਸਤੇ ਥਾਣੇ ਦੀ ਕਿਸ ਤਰੀਕੇ ਦੀ ਕਾਰਗੁਜ਼ਾਰੀ ਹੈਗੀ ਉਹਨੂੰ ਅਸੈਸ ਕਰਨ ਵਾਸਤੇ ਥਾਣੇ ਵਿਜ਼ਿਟ ਕਰਦੇ ਰਹਿੰਦੇ ਹਾਂ ਅਤੇ ਹਾਲ ਦੀ ਘੜੀ ਜਿਹੜਾ ਅਸੀਂ ਪੁਲਿਸ ਦੇ ਪੁਲਿਸ ਸਟੇਸ਼ਨਸ ਥਾਣੇ ਚੌਕੀਆਂ ਆਫਿਸਿਸ ਦੇ ਸਿਕਿਉਰਿਟੀ ਜਿਹੜਾ ਰਿਵਿਊ ਕਰ ਰਹੇ ਹਾਂ ਉਸ ਦੇ ਰਿਗਾਰਡਿੰਗ ਵਿੱਚ ਥਾਣੇ ਵਿਜ਼ਿਟ ਕਰ ਰਹੇ ਹਾਂ ਅਤੇ ਅੱਜ ਅਸੀਂ ਜਿਹੜਾ ਥਾਣਾ ਵਿਜ਼ਿਟ ਕੀਤਾ ਹੈਗਾ ਜਿਹਦੇ ਵਿੱਚ ਥਾਣੇ ਦੀ ਵਰਕਿੰਗ ਨੂੰ ਸੁਪਰਵਾਈਜ਼ ਕਰਨ ਦੇ ਨਾਲ ਨਾਲ ਜਿਹੜਾ ਹੈਗਾ ਉਹਦੀ ਸਿਕਿਉਰਿਟੀ ਰਿਵਿਊ ਵੀ ਕੀਤੀ ਗਈ ਹੈਗੀ ਅਤੇ ਜਿਹੜੇ ਸਿਕਿਉਰਿਟੀ ਥਰੈਟ ਨੂੰ ਦੇਖਦੇ ਹੋਏ ਜਿਹੜੇ ਪ੍ਰੀਕੋਸ਼ਨਰੀ ਮੈਜਰਸ ਲਿੱਤੇ ਜਾਣੇ ਹੈਗੇ ਉਹਨਾਂ ਵਾਸਤੇ ਇਹਨਾਂ ਨੂੰ ਹਦਾਇਤ ਕੀਤੀ ਗਈ ਹੈਗੀ ਆਲਰੇਡੀ ਜਿਹੜੇ ਪ੍ਰੀਕੋਸ਼ਨਸ ਹੈਗੇ ਉਹ ਕਾਫੀ ਲਿੱਤੇ ਜਾ ਚੁੱਕੇ ਨੇ ਜਿਹੜੀ ਕੋਈ ਕਮੀ ਹੈਗੀ ਉਹ ਪੂਰੀ ਕੀਤੀ ਜਾਏਗੀ ਸਰ ਕੁਛ ਏਰੀਆ ਇਸ ਤਰ੍ਹਾਂ ਦੇ ਨੇ ਜਿੱਥੇ ਨਸ਼ੇ ਦਾ ਕਾਰੋਬਾਰ ਕੀਤਾ ਜਾਂਦਾ ਸਰ ਉੱਥੇ ਵੀ ਵਿਜ਼ਿਟ ਜਿਹੜੀ ਹੈਗੀ ਆ ਸਪੈਸ਼ਲ ਕੋਈ ਟੀਮ ਬਣਾ ਕੇ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਜਿਹੜੇ ਜਿੱਥੇ ਵੀ ਨਸ਼ੇ ਦਾ ਕਾਰੋਬਾਰ ਕੋਈ ਇਸ ਤਰੀਕੇ ਦਾ ਕਰਦਾ ਹੈਗਾ ਜਾਂ ਜਿੱਥੇ ਜਿਹੜੇ ਹੌਟ ਸਪੌਟਸ ਹੈਗੇ ਸਾਡੇ ਜਿਹੜੇ ਅਸੀਂ ਜਿਹਨੂੰ ਕਹਿੰਦੇ ਨੇ ਜਿੱਥੇ ਨਸ਼ਾ ਬਹੁਤ ਆਪਾਂ ਕਹਿੰਦੇ ਹਾਂ ਕਿ ਡਰੱਗ ਐਡਿਕਟ ਜ਼ਿਆਦਾ ਹੈਗੇ ਜਾਂ ਕੋਈ ਨਸ਼ਾ ਵੇਚਣ ਦੇ ਕਾਰੋਬਾਰ 'ਚ ਇਨਵੋਲਵ ਲੋਕ ਹੈਗੇ ਉਹ ਆਈਡੈਂਟੀਫਾਈਡ ਹੈਗੇ ਉੱਥੇ ਪਬਲਿਕ ਮੀਟਿੰਗ ਵੀ ਕੀਤੀ ਜਾਂਦੀ ਹੈ ਕਿ ਉਸ ਤੋਂ ਇਲਾਵਾ ਜਿਹੜੇ ਸਰਚ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਹੈਗੇ ਉਹ ਵੀ ਸਾਡੀ ਟੀਮਸ ਵੱਖ ਵੱਖ ਟਾਈਮ 'ਤੇ ਸਰਪ੍ਰਾਈਜ਼ ਕੋਆਰਡੀਨੇਟ ਸਰਚ ਆਪਰੇਸ਼ਨ ਕਰਦੇ ਰਹਿੰਦੇ ਹੈਗੇ ਉਸ ਤੋਂ ਇਲਾਵਾ ਜਿਹੜਾ ਟਾਰਗੇਟ ਕਰਕੇ ਜਿਹੜੇ ਲੋਕ ਖਾਸ ਤੌਰ 'ਤੇ ਜਿਹੜੇ ਬਦਨਾਮ ਹੈਗੇ ਇਸ ਚੀਜ਼ 'ਚ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ 'ਤੇ ਇਨਫੋਰਮੇਸ਼ਨ ਬੇਸ 'ਤੇ ਉਹਨਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ ਸਰ ਕੁਛ ਟ੍ਰੈਫਿਕ ਦੀ ਸਮੱਸਿਆ ਜਿਹੜੀ ਕਾਫੀ ਆ ਰਹੀ ਹੈਗੀ ਟ੍ਰੈਫਿਕ ਜਿਹੜੇ ਮੁਲਾਜ਼ਮ ਸੀ ਸਰ ਦੁਰਬੇ ਜੇ ਖਾਸ ਕਰਕੇ ਗੱਲ ਕਰੀ ਤਾਂ ਨਹੀਂ ਹੈਗੇ ਸਰ ਟ੍ਰੈਫਿਕ ਮੁਲਾਜ਼ਮ ਜੀ ਇਸ ਸਮੱਸਿਆ ਨੂੰ ਸਰ ਕਿਸ ਤਰ੍ਹਾਂ ਦੇਖ ਦੇਖੋ ਸਭ ਤੋਂ ਪਹਿਲਾਂ ਜ਼ਰੂਰਤ ਚੀਜ਼ ਹੈਗੀ ਕਿ ਜਿਹੜਾ ਬੰਦਾ ਵਹੀਕਲ ਚਲਾਉਂਦਾ ਹੈਗਾ ਉਹ ਬੜੀ ਰੈਸਪੋਂਸਿਬਿਲਿਟੀ ਦੇ ਨਾਲ ਤਰੀਕੇ ਨਾਲ ਵਹੀਕਲ ਪਾਰਕ ਕਰੇ ਜਿਹੜਾ ਜਿੱਥੇ ਵੀ ਥਾਂ ਹੈਗੀ ਉਹ ਲਿਮਿਟਿਡ ਹੈਗੀ ਹਰ ਇੱਕ ਸਿਟੀਜ਼ਨ ਰੈਸਪੋਂਸਿਬਲ ਹੋ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਜਿਹੜਾ ਹੈਗਾ ਰੋਡ 'ਤੇ ਨਿਕਲੇ ਦੂਜਾ ਜਿਹੜਾ ਹੈਗਾ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਸਾਡੇ ਵੱਲੋਂ ਜਿਹੜੇ ਵੀ ਕੰਮ ਕੀਤੇ ਜਾਣੇ ਹੈਗੇ ਟ੍ਰੈਫਿਕ ਮੁਲਾਜ਼ਮ ਇੱਥੇ ਹੈਗੇ ਅਤੇ ਜੇਕਰ ਉਹ ਕਿਸੇ ਡਿਊਟੀ ਲੋਨ ਔਰਡਰ ਡਿਊਟੀ ਜਾਂ ਵੀ ਆਈ ਪੀ ਡਿਊਟੀ ਕਰਕੇ ਰਿਪਲੇਸ ਕੀਤੇ ਗਏ ਹੋਏ ਹੈਗੇ ਤਾਂ ਉਹ ਵਾਪਸ ਆ ਜਾਣਗੇ ਉਸ ਤੋਂ ਇਲਾਵਾ ਐਸ ਐਚ ਓਜ਼ ਨੂੰ ਕੰਸਰਨ ਡੀ ਐਸ ਪੀ ਸਬ ਡਿਵੀਜ਼ਨਸ ਤੋਂ ਵੀ ਹਦਾਇਤ ਕੀਤੀ ਗਈ ਹੈਗੀ ਕਿ ਮਾਰਕੀਟ ਕਮੇਟੀਜ਼ ਦੇ ਨਾਲ ਅਤੇ ਮਾਰਕੀਟ ਦੇ ਲੋਕਾਂ ਨਾਲ ਮਿਲ ਕੇ ਉਹਨਾਂ ਦੇ ਨਾਲ ਜਿਹੜਾ ਇਨਕਰੋਚਮੈਂਟ ਹੈਗਾ ਉਹਨੂੰ ਹਟਾਇਆ ਜਾਵੇ ਸੋ ਦੈਟ ਕਿ ਰੋਡ ਜਿਹੜੀ ਹੈਗੀ ਉਹ ਬੇਸਿਕ ਰੋਡ ਅਵੇਲੇਬਲ ਹੋਵੇ ਟਰਾਂਸਪੋਰਟੇਸ਼ਨ ਵਾਸਤੇ ਅਤੇ ਜਿਹੜਾ ਰੋਡ 'ਤੇ ਬੇਤਰਤੀਬ ਜਿਹੜੀ ਪਾਰਕਿੰਗ ਹੋ ਜਾਂਦੀ ਹੈਗੀ ਉਹਨਾਂ ਨੂੰ ਵੀ ਵਾਰਨ ਕਰਕੇ ਅਤੇ ਉਹਨਾਂ ਨੂੰ ਗਾਈਡ ਕੀਤਾ ਜਾਵੇ ਕਿ ਤਰਤੀਬਵਾਰ ਪਾਰਕਿੰਗ ਕੀਤੀ ਜਾਵੇ ਸੋ ਦੈਟ ਕਿ ਉਹ ਟ੍ਰੈਫਿਕ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਸੁਲਝਾਇਆ ਜਾ ਸਕੇ ਸਰ ਲੁੱਟਾਂ ਖੋਹਾਂ ਦੀ ਵਾਰਦਾਤਾਂ ਦੇ ਵਿੱਚ ਕਾਫੀ ਜਿਹੜਾ ਵਾਧਾ ਹੋ ਰਿਹਾ ਸੀਗਾ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਵਾਸਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਲੁੱਟਾਂ ਖੋਹਾਂ ਦੀ ਵਾਰਦਾਤ ਜਿਹੜੀ ਰੀਸੈਂਟਲੀ ਦੋ ਤਿੰਨ ਵਾਰਦਾਤ ਹੋਈ ਹੈਗੀ ਉਹ ਸਾਰੀ ਟਰੇਸ ਹੋ ਚੁੱਕੀ ਹੈਗੀ ਸਾਰਿਆਂ 'ਚ ਜਿਹੜੇ ਹੈਗੇ ਬੰਦੇ ਫੜੇ ਜਾ ਚੁੱਕੇ ਹੈਗੇ ਫਿਰ ਵੀ ਲੋਕਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਜਿੱਥੇ ਵੀ ਇਸ ਤਰੀਕੇ ਦੀ ਕੋਈ ਘਟਨਾ ਹੁੰਦੀ ਹੈ ਕਿ ਉਹਨੂੰ ਛੁਪਾਇਆ ਨਾ ਜਾਵੇ ਉਹਨੂੰ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ ਪਹਿਲੀ ਚੀਜ਼ ਦੂਜੀ ਚੀਜ਼ ਕਿ ਕੋਈ ਵੀ ਕਿਤੇ ਸ਼ੱਕੀ ਕਿਸੇ ਦਾ ਮੂਵਮੈਂਟ ਹੁੰਦਾ ਹੈਗਾ ਜਾਂ ਕੋਈ ਸ਼ੱਕੀ ਮੋਟਰਸਾਈਕਲ 'ਤੇ ਜਾਂ ਸ਼ੱਕੀ ਲੋਕ ਘੁੰਮਦੇ ਨਜ਼ਰ ਆਉਂਦੇ ਹੈਗੇ ਸਾਨੂੰ ਤੁਰੰਤ ਦੱਸਿਆ ਜਾਵੇ ਸੋ ਦੈਟ ਕਿ ਪਹਿਲਾਂ ਹੀ ਅਸੀਂ ਉਹਨਾਂ ਨੂੰ ਚੈੱਕ ਕਰਕੇ ਵੈਰੀਫਾਈ ਕਰ ਲਈਏ ਅਤੇ ਇਸ ਤਰੀਕੇ ਦੀ ਕੋਈ ਵਾਰਦਾਤ ਹੋਵੇ ਨਾ ਉਹਨੂੰ ਰੋਕਿਆ ਜਾ ਸਕੇ